श्री गुरु अर्जन देव जी पंजवें पातशाही के शहीदी दिहाड़े के संबंध में अज्ज सचखंड श्री हरिमंदर साहब विखे संगतां नतमस्तक होने लई पुज्जियां ने। गुरुद्वारा रामसर साहब वो पावन पवित्र स्थान है जिथे गुरु अर्जन देव जी ने श्री गुरु ग्रंथ साहब जी की संपादना करवाई और पहला स्वरूप संपूर्ण होने उपरंत इस स्थान तो बाबा बोडा जी के शीश से सुशोभित करके श्री हरिमंदर साहब विखे ले जाके श्री गुरु ग्रंथ साहब जी का पहला प्रकाश किया। अज्ज सचखंड श्री हरिमंदर साहब विखे श्री गुरु अर्जन देव जी साहब के शहीदी दिहाड़े से संगतां नतमस्तक होने लई पुज्जियां ने, जिथे वाहेगुरु का आशीर्वाद लिता ਅਤੇ ਗੁਰਬਾਣੀ ਦਾ ਆਨੰਦ ਮਾਣਿਆ ਗਿਆ ਅਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਗਿਆ। ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਦੇ ਵੱਲੋਂ ਕੀਰਤਨ ਕੀਤਾ ਗਿਆ ਉਪਰੰਤ ਅਰਦਾਸ ਕੀਤੀ ਗਈ ਕਿ ਸਤਿਗੁਰ ਕਿਰਪਾ ਕਰਨ ਅਤੇ ਸਮੁੱਚੀ ਮਾਨਵਤਾ ਨੂੰ ਇਸ ਮਹਾਮਾਰੀ ਤੋਂ ਨਿਜਾਤ ਦਿਵਾਉਣ। ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਮੰਨਦੇ ਹੋਏ ਅਕਾਲ ਤਖਤ ਦੇ ਜਥੇਦਾਰ ਨੇ ਸਿੱਖ ਕੌਮ ਦੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜ ਕੇ ਰਹਿਣ ਦੀ ਅਪੀਲ ਕੀਤੀ। ਇਸ ਮੌਕੇ SGPC ਮੈਂਬਰ ਮਨਜੀਤ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ਦੇ ਨਾਲ ਜੁੜੀਏ। ਉਹਨਾਂ ਕਿਹਾ ਕਿ SGPC ਦੇ ਵੱਲੋਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਨੇ। ਗੁਰੂ ਘਰ ਵਿੱਚ ਸੰਗਤਾਂ ਨੂੰ ਲੰਗਰ ਵੀ ਛਕਾਇਆ ਜਾਵੇਗਾ। ਸੰਗਤਾਂ ਨੂੰ ਮਿਲ ਜੁਲ ਕੇ ਮਨਾਉਣ ਦੀ ਅਪੀਲ ਕੀਤੀ ਅਤੇ ਗੁਰੂ ਚਰਨਾਂ ਦੇ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਕ ਬਹਾਦਰ ਸਿਮਰੀ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਟੀਆਂ ਜਾਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਦੇਖ ਵਾਹੀ ਦੇਖ ਕੇ ਅਣਜਿਤ ਕੀਤਾ ਜਿਨ੍ਹਾਂ ਪਿਆ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹੇ 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 ਜਿੱਤੇ ਆਵੇ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀਨ ਦੁਨੀਆ ਦੀਵਾਲੀ ਬਾਣੀ ਕੇ ਬਹੁਤ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਹੈ। ਸੰਸਾਰ ਭਰ ਦੇ ਵਿੱਚ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਲੋਂ ਗੁਰੂ ਖਾਲਸਾ ਪੰਥ ਵੱਲੋਂ ਇਹ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੇ ਸਿੱਖ ਪੰਥ ਦੇ ਅੰਦਰ ਜਾਂ ਸਿੱਖ ਸੰਗਤ ਦੇ ਅੰਦਰ ਇੱਕ ਨਵਾਂ ਜੋਸ਼ ਪੈਦਾ ਕੀਤਾ, ਇੱਕ ਨਵਾਂ ਉਮਾਹ ਪੈਦਾ ਕੀਤਾ। ਜ਼ੁਲਮ ਦੇ ਖਿਲਾਫ ਲੜਨ ਵਾਸਤੇ, ਜ਼ਬਰ ਦੇ ਖਿਲਾਫ ਡਟਣ ਵਾਸਤੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਜ਼ੁਲਮ ਦੀ ਇੱਕ ਇੰਤਹਾ ਸੀ ਜੋ ਉਸ ਵੇਲੇ ਮੁਗਲੀਆ ਹਕੂਮਤ ਵੱਲੋਂ ਕੀਤਾ ਗਿਆ। ਅਸੀਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਕਰਦੇ ਹਾਂ, ਕਿਉਂਕਿ ਉਹਨਾਂ ਦੀ ਸ਼ਹਾਦਤ ਸਾਡੇ ਅੰਦਰ ਜ਼ੁਲਮ ਜ਼ਬਰ ਦੇ ਨਾਲ ਲੜਨ ਦੀ ਤਾਕਤ ਪੈਦਾ ਕਰਦੀ ਹੈ, ਸਾਡੇ ਅੰਦਰ ਸ਼ਹੀਦੀ ਜਜ਼ਬਾ ਪੈਦਾ ਕਰਦੀ ਹੈ। ਅੱਜ ਸਾਰੇ ਸੰਸਾਰ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾ ਰਿਹਾ। ਮੈਂ ਸਮੂਹ ਗੁਰੂ ਖਾਲਸਾ ਪੰਥ ਨੂੰ ਇਹ ਅਪੀਲ ਕਰਦਾ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਦੇ ਮੌਕੇ ਅਸੀਂ ਗੁਰਬਾਣੀ ਨਾਲ ਜੁੜੀਏ, ਆਪਣੇ ਅਮੀਰ ਸ਼ਾਨ ਮੱਤੇ ਮਾਨ ਮੱਤੇ ਸਿੱਖ ਇਤਿਹਾਸ ਨੂੰ ਪੜ੍ਹੀਏ ਸੁਣੀਏ, ਸਿੱਖ ਇਤਿਹਾਸ ਤੋਂ ਵਾਕਫ ਹੋਈਏ, ਆਪਣੇ ਬੱਚਿਆਂ ਨੂੰ ਗੁਰਬਾਣੀ ਨਾਲ ਜੋੜੀਏ, ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜੀਏ, ਤਾਂ ਕਿ ਅਸੀਂ ਸੰਸਾਰ ਦੇ ਅੰਦਰ ਆਪਣੀ ਵੱਖਰੀ ਪਹਿਚਾਣ ਨੂੰ ਕਾਇਮ ਰੱਖਦੇ ਹਾਂ। ਅਸੀਂ ਚੜ੍ਹਦੀਆਂ ਕਲਾ ਦੇ ਨਾਲ ਜੀਵਨ ਬਸਰ ਕਰਦੇ
अकाल पुरख परमात्मा की बंदगी भगती दे नाल जुड़िए, साडा लोक भी सुखी होवे, साडा परलोक भी सुखी होवे। वाहिगुरु जी का खालसा वाहिगुरु। गुरद्वारा प्रबंधक कमेटी सब की कहना चाहते कि अज अज गुरु पंजवें पातशाह जी जिन्हों शहीदां दे सरताज कहा जाता है, उन्होंने जबर का मुकाबला सबर नाल करके धीरज नाल करके ते लाहौर की धरती ते शहीदी का जाम पीता सी। उन्होंने तत्ती तवी ते बिठाया गया, उन्होंने शीस विच तत्ता रेता पाया गया समय के हाकमां वल्लों, और उन्होंने उबलदी देग विच भी बिठाया गया कि वह अपना सिखी सिदक ते धर्म जिहड़ा है उन्हूं छड्ड देण ते मुसलमान बन जाण। लेकिन गुरु पंजवें पातशाह जी ने सारे जुल्म का मुकाबला जिहड़ा है बड़े तब्बल नाल, बड़े धीरज नाल ते संतोख नाल बह के जिहड़ा सी कीता सबर नाल। सो उन्हां दा शहीदी दिहाड़ा अज गुरद्वारा रामसर साहब विखे खंड पाठ दे भोग पाए गए आ, उत्थे कथा कीर्तन का प्रभाव चल रहा है। उहदे नाल दी नाल सचखंड श्री हरिमंदर साहब दे विच वी सारा प्रोग्राम जिहड़ा है बड़े वड्डे लैवल ते संगतां बड़े उत्साह नाल मना रही ने, ठंडे मिठे जल दीआं छबीलां लगियां ने, संगत दे बैठण वास्ते शमियानिआं दा प्रबंध श्रोमणी गुरद्वारा प्रबंधक कमेटी वल्लों कीता गया है, टाट जिहड़े आ उह परिक्रमा छाए गए आ, और इस तरह संगतां दे छकण वास्ते लंगरां दे प्रबंध, और इस तरह सरावां दे प्रबंध। सो श्रोमणी गुरद्वारा प्रबंधक कमेटी जिहड़े आ सारे प्रबंध जिहड़े आ उह बहुत सुचजता नाल करदी आ, क्योंकि सिखां दी सरमौर जथेबंदी है। सो मैं कहना चाहुंदा है कि जहाँगीर दी जिहड़ी कट्टड़ता सी ते जहाँगीर दा जिहड़ा मतसवपुणा सी और चंदू ते पिरथिया दीआं साजिशां सी उहदे करके गुरु पंजवें पातशाह जी शहीदी होए। कोई भी हाकम आया है उन्हें सिक्खी दे बूटे नूं वढ़न दा यतन कीता है, और जहाँगीर भी अपने तौज के जहाँगीरी विच लिखता है कि यह झूठ दी दुकान कहिंदा, मैं तां खैर कह नहीं सकदा, और ये बड़े चिर तो मेरे दिल च इच्छा सी कि ये दुकान नूं बंद किया जाए। सो उन्हें सारा जबर ते जुल्म जिहड़ा सी गुरु पंजवें पातशाह जी कीता, लेकिन ये सिक्खी दा बूटा कदे कमलाया नहीं, कभी कट्टिया नहीं गया, कभी वड्या नहीं गया। गुरु हरगोबिंद साहब पातशाह ने इत्थे अकाल तख्त साहब की सिरजना करके तो यह गल कही कि अज तो मेरी जी भेटा होगी चढ़ावा होगा वो चंगी जवानी चंगे शस्त्र ते घोड़े होणगे, क्योंकि हुण जुल्म की हद हो चुकी है, तो हुण चूंकार जा हम हील ते दर्ग जश्त हलाल अस्त बुरदन बाद शमशीर दस्त, हुण सानूं हाथों तलवार फड़ के जुल्म ते जबर दा टाकरा करना पऊगा। और उन्होंने चार जंगा लड़िया, सो वार वार सिक्खी दे बूटे दे गुरु तेग बहादुर साहब दे रूप विच वी जिहड़ा सी उह हमला होया, उन्हां दी शहीदी होई चानण चौक च, वड्डे साहिबजादे छोटे साहिबजादियां शहीदियां होईयां, और होर बहुत कुछ जुल्म ते जबर होया, लेकिन सिक्खी का बूटा जिहड़ा वधदा गया फुलदा गया, और अज पंजाब हिंदुस्तान च सारी दुनिया च सिक्खी का बूटा टैक रहा है। सो मैं देशों विदेशों दी संगतां नूं बेनती करनी चाहुंदा कि वह गुरु वाले बन, गुरु साहब जी के फलसफे तो जाणू होण, और गुरु के लड़ लगन सभे सांझी वाल सदायन कोई ना दिसे, बारह जी के सिद्धांत चलन खत्री ब्राह्मण सूद वैस उपदेश चौं वरना को सांझा। सो अज उन्हां दे फलसफे दे चलन दी, अज उन्हां दे जज्बे जिहड़ा है वह उन्हां दे उत्साह नाल चलन दी बहुत वड्डी जरूरत। गुरु प्यारी साध संगत जी, वाहेगुरु जी का खालसा वाहेगुरु जी की फतेह। दास ज्ञानी सतपाल सिंह कथावाचक गुरद्वारा शहीदगंज साहब अमृतसर साहब, अज गुरद्वारा रामसर साहब विखे धन धन गुरु अर्जन देव सच्चे पातशाह जी का शहीदी दिहाड़ा बड़ी चढ़दी कला दे नाल श्रोमणी गुरद्वारा प्रबंधक कमेटी ਅਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਹ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਨਗਰੀ ਜਿੱਥੇ ਕਿ ਅਸਥਾਨ ਗੁਰਦੁਆਰਾ ਰਾਮਸਰ ਸਾਹਿਬ ਹੈ, ਇਹਨਾਂ ਅਸਥਾਨਾਂ 'ਤੇ ਮਨਾਇਆ ਜਾ ਰਿਹਾ ਹੈ। ਜਿਸ ਵਕਤ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਚੰਦੂ ਪਾਪੀ ਨੇ ਲਾਹੌਰ ਦੇ ਵਿੱਚ ਸੱਦਿਆ ਅਤੇ ਕਈ ਪ੍ਰਕਾਰ ਦੀਆਂ ਚੁਗਲੀਆਂ ਕਰਕੇ ਜਹਾਂਗੀਰ ਬਾਦਸ਼ਾਹ ਦੇ ਕੋਲੋਂ ਇਸੇ ਪ੍ਰਕਾਰ ਡੰਡ ਭਰਨ ਦੀ ਗੱਲ ਕੀਤੀ, ਉਹ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਵਕਤ ਲਾਹੌਰ ਦੇ ਵਿੱਚ ਕਈ ਪ੍ਰਕਾਰ ਦੇ ਚੰਦੂ ਨੇ ਤਸੀਹੇ ਦਿੱਤੇ। ਤਸੀਹੇ ਦੇਣ ਤੋਂ ਉਪਰੰਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ। ਉਸ ਪਾਵਨ ਸ਼ਹੀਦੀ ਦਿਹਾੜੇ ਨੂੰ
मनाया जा रहा है। गुरु नानक नाम लेवा सिख संगत बड़ी चढ़ती कला के नाल हर साल मना ने, इस साल भी चढ़ती कला के नाल मनाया जा रहा है। गुरु साहब जी रहमत कृपा कर समूह संगतान अपने दरों घरों सिखी सिदक भरोसा नामदान की दात बख्शिश कर अपने दरों घरों आप सेवा सिमरन की दात बख्शिश करके निहाल कर। वाहेगुरु जी का खालसा वाहेगुरु।